ਸਾਡਾ ਫਰਜ਼ ਬਣਦਾ ਹੈ ਇਨਸਾਨੀਅਤ ਦੇ ਤੌਰ ਤੇ ਜਿਹੜਾ ਬੰਦਾ ਬਿਮਾਰ ਹੈਗਾ ਪਹਿਲੀ ਗੱਲ ਬਿਮਾਰ ਹੈ ਉੱਪਰ ਉਹ ਕੰਮ ਕਰਦੇ ਪਏ ਆ ਇਹਨਾਂ ਦੇ ਹਸਬੈਂਡ ਵੀ ਕੰਮ ਕਰਦੇ ਆ ਠੀਕ ਹੈ ਆਪਣੀ ਕਿਰਤ ਕਮਾਈ ਕਰਦੇ ਆ ਉੱਤੋਂ ਸਭ ਤੋਂ ਵੱਡੀ ਗੱਲ ਇਹਨਾਂ ਨੂੰ ਲੋੜ ਹੈਗੀ ਤੇ ਅੱਧੀ ਰਾਤ ਨੂੰ ਇੰਨੀ ਠੰਡ ਦੇ ਵਿੱਚ ਕੰਮ ਕਰਦੇ ਨਹੀਂ ਤੇ ਬਿਮਾਰ ਬੰਦੇ ਕੋਲ ਤਾਂ ਕੰਮ ਨਹੀਂ ਹੁੰਦਾ ਅੱਜ ਵੀ ਆਂਟੀ ਕਹਿ ਰਹੇ ਮੈਂ ਬਿਮਾਰ ਹੈਗੀ ਆ ਮਗਰ ਆਪਣੀ ਦੁਕਾਨ ਲਗਾਈ ਆ ਫਿਰ ਵੀ ਹਿੰਮਤ ਕਰ ਰਹੇ ਆ ਹਿੰਮਤ ਕਰ ਰਹੇ ਆ ਤੇ ਇਹੋ ਜਿਹੇ ਲੋਕਾਂ ਨੂੰ ਸਾਨੂੰ ਸਪੋਰਟ ਕਰਨੀ ਚਾਹੀਦੀ ਆ ਤੇ ਕੀ ਇਹਨਾਂ ਨੂੰ ਸਪੋਰਟ ਦਾ ਮਤਲਬ ਕੀ ਗਿਆ ਸੀ ਇਹਨਾਂ ਕੋ ਆਵਾਂਗੇ ਖਾਵਾਂਗੇ ਇਹਨਾਂ ਦਾ ਘਰ ਦਾ ਖਰਚਾ ਚੱਲੇਗਾ ਮੇਰੇ ਦਿਲ ਕੇ ਦੋਨੋਂ ਵਾਲ ਖਰਾਬ ਹੈ ਭਈਆ ਅੱਛਾ ਜੀ ਤੋ ਮਤਲਬ ਉਸ ਦਾ ਇਲਾਜ ਕੋਈ ਹੋਆ ਹੈ ਕਿ ਵੀ ਨਹੀਂ ਹੋਣੇ ਵਾਲਾ ਨਹੀਂ ਹੋਗਾ ਐਸਾ ਹੀ ਹੈ ਜੀ ਹਾਂ ਸਹੀ ਹੈ ਓਕੇ ਉਹ ਹੋਗਾ ਵੀ ਨਹੀਂ ਆ ਪੈਸੇ ਬੜੇ ਮੰਗ ਰਹੇ ਆ ਪੈਸੇ ਮੰਗ ਰਹੇ ਆ ਜੀ ਓਕੇ ਆਪਰੇਸ਼ਨ ਵਾਸਤੇ ਲੋ ਕੋਈ ਨਹੀਂ ਹੋ ਜਾਏਗਾ ਜੀ ਫਿਕਰ ਵਾਲੀ ਬਾਤ ਨਹੀਂ ਅੰਮ੍ਰਿਤਸਰ ਕੇ ਜੋ ਲੋਕ ਹੈ ਨਾ ਉਹ ਖੜੇ ਹੁੰਦੇ ਆ ਜੀ ਹਰ ਇੱਕ ਕਿਸੇ ਵੀ ਜ਼ਰੂਰਤਮੰਦ ਕੇ ਸਾਥ ਇਤਨਾ ਸਸਤਾ ਜੋ ਹੈ ਬੰਬੇ ਮੇ ਵੜਾ ਪਾਉ ਨਹੀਂ ਮਿਲੇਗਾ ਜਿਤਨਾ ਆਪਕੋ ਅੰਮ੍ਰਿਤਸਰ ਮੇ ਮਿਲ ਜਾਏਗਾ ਤੋ ਯਹਾਂ ਪਰ ਹੈ ਜੀ ਹਮਾਰੇ ਆਂਟੀ ਜੀ ਮੀਨਾ ਕੁਮਾਰੀ ਜੀ ਤੋ ਆਪ ਦੇਖ ਸਕਤੇ ਹੈ ਕਿ ਭਾਈ ਸਾਹਿਬ ਯਹਾਂ ਪਰ ਟਿੱਕੀਆਂ ਤਲੀ ਜਾ ਰਹੀ ਹੈ ਬਰਗਰਸ ਕੇ ਉੱਪਰ ਸਾਰਾ ਕੁਝ ਲੱਗ ਰਿਹਾ ਹੈ ਜੀ ਜਿਤਨੇ ਵੀ ਸੌਸਸ ਵਗੈਰਾ ਹੈ ਉਹ ਸਾਰੇ ਕੇ ਸਾਰੇ ਲੱਗ ਰਹੇ ਹਨ ਇਹ ਕਿੰਨੇ ਦਾ ਜੀ ਇਹ 20 ਰੁਪਏ ਦਾ ਭਈਆ 20 ਰੁਪਏ ਦਾ ਜੀ ਕੀ ਬਾਤ 20 ਰੁਪਏ ਵਾਲੇ ਬਰਗਰ ਮੇ ਆ ਮਟੀਰੀਅਲ ਦੇਖੋ ਭਰ ਕੇ ਸਾਰੀ ਚੀਜ਼ਾਂ ਹੈ ਪੂਰੇ ਖੁੱਲੇ ਦਿਲ ਤੇ ਇਹ ਜਿੱਦਾਂ ਮਤਲਬ ਜਿਹੜੀ ਤੁਸੀਂ ਬਣਾਉਨੇ ਬੜਾ ਪਾਓ ਹਾਂਜੀ ਇਹ ਸਿੱਖਿਆ ਕਿਹੋ ਆਪੇ ਪਹਿਲਾਂ ਤੋਂ ਆਉਂਦਾ ਜੀ ਨਹੀਂ ਮੈਂ ਮਹਾਰਾਸ਼ਟਰ ਕੀ ਇੱਧਰ ਕੀ ਹੋਣਾ ਮਹਾਰਾਸ਼ਟਰ ਮਹਾਰਾਸ਼ਟਰ ਕੇ ਬਾਪ ਹਾਂਜੀ ਅੱਛਾ ਜੀ ਉਹਦੇ ਪਿੱਛੇ ਮੈਨੂੰ ਆਂਦੇ ਭਈਆ ਪਿੱਛੇ ਬਣਾਉਂਦੇ ਹੁਣ ਇੱਥੇ ਹੁਣ ਤੁਸੀਂ ਅੰਮ੍ਰਿਤਸਰ ਦੇ ਵਿੱਚ ਇਹੀ ਕੰਮ ਕਰ ਰਹੇ ਹਾਂ ਹਾਂਜੀ ਕੀ ਬਾਤ ਹੈ ਜੀ ਮਹਾਰਾਸ਼ਟਰ ਕਿਹੜੀ ਜਗ੍ਹਾ ਤੋਂ ਜੀ ਤੁਸੀਂ ਉਹਨਾਂ ਨੂੰ ਪੁੱਛ ਲਓ ਹਸਬੰਡ ਹੈ ਮੇਰੇ ਓਕੇ ਓਕੇ ਹਸਬੰਡ ਨੇ ਜੀ ਹਾਂਜੀ ਕੀ ਬਾਤ ਹੈ ਜੀ ਮਹਾਰਾਸ਼ਟਰ ਔਰ ਪੰਜਾਬ ਦਾ ਮੇਲ ਹੋਇਆ ਜੀ ਇੱਥੇ ਹੈ ਕਿੱਦਾਂ ਤੁਹਾਡਾ ਸ਼ਾਦੀ ਹੋਈ ਜੀ ਤੇ ਮਾਸੀ ਨੇ ਕਰਵਾਈ ਹੈ ਕੀ ਬਾਤ ਹੈ ਤਾਂ ਭਾਈ ਸਾਹਿਬ ਇਹ ਇਕੱਲੀ ਰੇੜੀ ਨਹੀਂ ਹੈ ਇਹ ਲਵ ਸਟੋਰੀ ਹੈ ਪੰਜਾਬ ਔਰ ਮਹਾਰਾਸ਼ਟਰ ਕੀ ਤਾਂ ਯਹਾਂ ਪਰ ਇਸੇ ਲਈ 20 20 ਰੁਪਏ ਮੇ ਆਪਕੋ ਵੜਾ ਪਾਓ ਮਿਲ ਰਹੇ ਹੈ ਜੀ ਇਹ ਪਾਓ ਆ ਗਏ ਹੈ ਓਕੇ ਜੀ ਕਾਟ ਕੇ ਇਸਮੇ ਸਮਾਨ ਪੈਕ ਕਰ ਰਹੀ ਹਾਂ ਓਕੇ ਜੀ ਅਭੀ ਇਹ ਟਿੱਕੀ ਫਰਾਈ ਕੀ ਨਾ ਉਹ ਇਸਮੇ ਡਾਲਨੀ ਹੈ ਓਕੇ ਜੀ ਐ ਕੱਲ ਕੀ ਮੇਰੀ ਥੋੜੀ ਤਬੀਅਤ ਸਹੀ ਨਹੀਂ ਆ ਓਕੇ ਜੀ ਤੇ ਵੈਸੇ ਮਤਲਬ ਪ੍ਰੋਬਲਮ ਤੇ ਜਿਵੇਂ ਉਹਦੇ ਕਰਕੇ ਹੀ ਥੋੜਾ ਸਰੀਰ ਕਮਜ਼ੋਰ ਹਾਂਜੀ ਇਹ ਦੁਆ ਦੁਆ ਹੁੰਦਾ ਨਾ ਉਸਕੇ ਸਾਥ ਪ੍ਰੋਬਲਮ ਹੋ ਜਾਂਦੀ ਹੈ ਸੌਖਾ ਹੁੰਦਾ ਮੇਰਾ ਔਰ ਇਹ ਕੀ ਆ ਗਿਆ ਜੀ ਹੁਣ ਇਹ ਚਟਨੀ ਬੰਬੇ ਕੀ ਚਟਨੀ ਹੈ ਇਹ ਖਾਓਗੇ ਤਾਂ ਬੰਬੇ ਯਾਦ ਕਰੋਗੇ ਓਕੇ ਜੀ ਮਤਲਬ ਬੰਬੇ ਦੇ ਵਰਗਾ ਹੀ ਸਵਾਦ ਮਿਲੂਗਾ ਹਾਂਜੀ ਵਾਹ 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 ਇਹ ਵਹੀ ਸਵਾਦ ਹੈ ਜਦ ਖਾਓਗੇ ਤਾਂ ਪਤਾ ਲੱਗੇਗਾ ਭਈਆ ਕੀ ਬਾਤ ਹਮ ਲੋਗ ਤਾਂ ਖਾਤੇ ਰਹਤੇ ਜੀ ਜੀ ਭਈਆ ਇਹ ਬੜੇ ਤਿਆਰ ਹੋ ਗਏ ਆ ਜੀ ਆਪਕਾ ਬੜਾ ਪਾਉ ਲਗਨੇ ਜਾ ਰਹਾ ਹੈ ਓਕੇ ਜੀ ਹਾਂਜੀ ਇਹ ਉਸਮੇ ਬੜਾ ਆ ਗਿਆ ਜੀ ਹਾਂਜੀ ਕੀ ਬਾਤ ਹੈ ਹਾਂ ਮੈਂ ਫੋਨ ਆਇਆ ਸੀ ਨਾ WhatsApp ਤੇ ਇਹ ਮੈਂ ਇਹ ਮਿੱਠੀ ਹੈ ਇਹ ਖੱਟੀ ਹੈ ਭਈਆ ਓਕੇ ਇਹ ਤਿਆਰ ਹੋ ਗਿਆ ਇਹ ਕਿੰਨੇ ਦਾ ਹੈ ਜੀ ਇਹ 20 ਰੁਪਏ ਦਾ 20 ਰੁਪਏ ਦਾ ਇਤਨਾ ਬੜਾ ਪੜਾ ਪਾ ਤੋ ਕੁਝ ਬਚ ਜਾਂਦਾ ਇਸਮੇ ਸੇ ਰੱਬ ਦਾ ਇਹ ਕੀ ਕਰੇ ਓਕੇ ਜੀ ਕੀ ਬਾਤ ਹੈ तो भाई साहब ये आ गया जी हमारे पास बॉम्बे वाला बड़ा पाव तो इसका साइज देखिए सिर्फ 20 रुपए में तो मैं बॉम्बे भी जा चुका हूँ यहाँ पर अगर कोई बड़ा पाव बेचना है तो 50-60 का मिलता है इतना बड़ा बड़ा पाव और यहाँ पर सिर्फ आपको 20 रुपए में मिल रहा है तो ये हमारे आंटी जो हैं दिल के मरीज हैं तो भी अपना जो किरत कमाई है अमृतसर में कर रहे हैं बच्चों को पाल रहे हैं ऐसे हमारे जो किरती लोग हैं ना हम उनको अप्रिशिएट करते हैं और अमृतसर वालों से हम अपील करते हैं कि यहाँ पर आकर आप इनकी कोई ना कोई चीज जरूर खाइए आगे की चीजें नहीं मड़ाए दसोगे करी करी मोमोज है भैया ओके जी फ्राई मोमोज भेजती हूँ ओके ये कितने का जी 50 रुपए प्लेट है 50 की प्लेट है जी ये बर्गर हाँ जी बर्गर 20 रुपए का 20 रुपए का बर्गर हाँ जी आगे है जी ये चाप ओके जी ये भी 10 रुपए की 10 रुपए की चाप हाँ जी और स्प्रिंग रोल भी है जी 10 का वो भी 10 का हाँ जी ब्रेड पीस भी 10 का ओके जी सारी चीजें 10 दी हाँ जी और ये जगह कौन सी है जी बॉम्बे वाला खू हाँ जी, जी बाग वाली गली ते नाल अमृतसर जी ओके जी और की टाइम की रहिंदा जी कितने बजे तो कितने बजे तक मैं दोपहर को 3 बजे आती हूं भैया जी तो शाम को 10-11 बजे तक 10-11 बजे हां जी ओके जी तो भाई साहब लोकेशन आपको हमने बता दी है जैसे हमने बताया कि ये दिल के मरीज हैं फिर भी अपनी गर्द कमाई कर रहे हैं और अपनी हिम्मत नहीं छोड़ रहे हैं तो हम चाहते हैं कि इनकी कहीं से अगर कोई मदद कर सकता है कोई एनजीओ वाला हमारा भाई बंधु देख रहा है ना तो आप जरूर इस वीडियो को एनजीओ तक पहुंचाएं ताकि इनका इलाज भी हो सके ताकि पता चल सके कि अमृतसर के लोग जो हैं हमेशा खड़े होते हैं किसी जरूरतमंद के साथ तो मिलते हैं किसी अगले वीडियो में धन्यवाद शुक्रिया मेहरबानी जे कोई भी एनजीओ कोई डॉक्टर हैगा जो भी कोई इन्हों की वीर मदद कर सकता है क्योंकि अमृतसर हैगा दान पुन की गुरुआ पीलिया की धरती हैगी है इतने किसी का कोई माड़ा या दर्द भी किसी को हो जाता ना तो दुनिया भज्जी चली जाती है ये अमृतसर के लोगों की खासियत हैगी है बड़ा दिल दरिया हैगा जे अज मैं बेनती करदा कोई ना कोई रब का प्यारा जरूर आएगा आंटी जी को।